18 ਤਰੀਕ ਨੂੰ ਇਹ ਜਿਹੜਾ ਲਾਕਡਾਊਨ ਸੀ ਨੰਬਰ 3 ਲਾਕਡਾਊਨ ਇਹ ਬੰਦ ਹੋਣਾ ਹੈ ਪਤਾ ਨਹੀਂ ਗਵਰਨਮੈਂਟ ਆਫ ਇੰਡੀਆ ਕੀ ਅਨਾਉਂਸ ਕਰ ਰਹੀ ਹੈ ਨਹੀਂ ਅਨਾਉਂਸ ਕਰ ਰਹੀ ਲੇਕਿਨ ਮੈਂ ਇਸ ਗੱਲ ਨੂੰ ਅੱਗੇ ਲੈ ਕੇ ਜਾਵਾਂਗਾ ਮੈਂ ਕਰਫਿਊ ਹਟਾ ਦੇਣੀ ਹੈ ਕੋਈ ਕਰਫਿਊ ਨਹੀਂ ਹੋਏਗਾ ਪੰਜਾਬ 18 ਤਰੀਕ ਤੋਂ ਲੇਕਿਨ ਲਾਕਡਾਊਨ ਅਸੀਂ ਰੱਖਾਂਗੇ ਇਹ ਥੋੜੀ ਹਿੰਮਤ ਔਰ ਇਹ ਲਾਕਡਾਊਨ ਦਾ ਹੈ ਕਿ ਸਾਡੇ ਪੰਜਾਬ ਅੱਜ ਬਚਿਆ ਹੋਇਆ ਹੈ ਅੱਜ ਹੁਣ ਜਿਹੜੇ ਦੇਖੋ ਅਗਰ 60000 ਲੋਕ ਬਾਹਰ ਆ ਜਾਣ ਤੇ 20 ਲੱਖ ਵਿਦੇਸ਼ਾਂ ਤੋਂ ਆ ਜਾਣ ਤੇ ਸਾਨੂੰ ਉਹਦਾ ਧਿਆਨ ਰੱਖਣਾ ਪਊ। ਅਸੀਂ ਉਹਨਾਂ ਨੂੰ ਕੁਆਰੰਟੀਨ ਵਿੱਚ ਪਾਵਾਂਗੇ ਸਾਰਿਆਂ ਨੂੰ। ਲੇਕਿਨ ਫੇਰ ਵੀ ਕੁਝ ਘੁੰਮਦੇ ਨੇ ਔਰ ਜਿਆਦਾ ਅਸੀਂ ਆਉਂਦੇ ਨੇ ਉਦੋਂ ਤਾਂ ਲੱਗਦੇ ਨੇ ਪੋਜ਼ਿਟਿਵ ਹਫ਼ਤੇ ਬਾਅਦ 10 ਦਿਨ ਬਾਅਦ ਫਿਰ ਉਹਨਾਂ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਕਿਉਂਕਿ ਇਹ ਬਿਮਾਰੀ 5ਵੇਂ ਔਰ 7ਵੇਂ ਦਿਨ ਦੇ ਦਰਮਿਆਨ ਇਹ ਦਿਖਦੀ ਹੈ ਜਿਹਨੂੰ ਲੱਗ ਜਾਂਦੀ ਹੈ। ਪਹਿਲੇ ਦਿਨ ਤਾਂ ਠੀਕ ਹੁੰਦਾ ਤਾਂ ਜਦ ਪਾਣੀ ਆ ਜੇ ਉਦੋਂ ਤਾਂ ਠੀਕ ਲੱਗਦਾ ਹੈ। ਔਰ ਟੈਸਟ ਵੀ ਕਲੀਅਰ ਹੋਣਗੇ ਲੇਕਿਨ ਹਫਤੇ 10 ਦਿਨ ਬਾਅਦ ਫਿਰ ਹੋ ਸਕਦਾ ਫਿਰ ਕੀ ਕਰਾਂਗੇ ਤੋ ਇਸ ਕਰਕੇ ਸਾਨੂੰ ਲਾਕਡਾਊਨ ਰੱਖਣਾ ਪਊ ਜਦ ਤੱਕ ਸਾਰੇ ਪੰਜਾਬੀ ਘਰ ਨਹੀਂ ਆਉਂਦੇ ਲੇਕਿਨ ਮੈਂ ਉਹਦੇ ਚ ਰਾਹਤ ਬੜੀ ਦੇਊਗਾ ਮੈਂ ਰਾਹਤ ਦੇਊਗਾ ਲੇਕਿਨ ਤੁਸੀਂ ਮੇਰਾ ਹੁਣ ਸਾਥ ਤੁਹਾਨੂੰ ਦੇਣਾ ਪਊ ਦੇਖੋ ਮੈਂ ਨਹੀਂ ਚਾਹਦਾ ਕਿ ਇਹ ਬਿਮਾਰੀ ਬੜਾ ਫੈਲੇਏ ਤੇ ਔਰ ਤੁਸੀਂ ਵੀ ਤੰਗ ਹੋ ਤੰਗੀ ਹੋ ਤੰਗੀ ਤੰਗੀ ਇਹ ਜਿਹੜੀ ਲਾਕਡਾਊਨ ਦੀ ਹੁੰਦੀ ਹੈ ਇਹ ਲੋਕਾਂ ਨੂੰ ਤੰਗ ਕਰਨ ਦੀ ਗੱਲ ਹੈ ਲੇਕਿਨ ਇਹ ਤੁਹਾਡੇ ਸਿਹਤ ਵਾਸਤੇ ਹੈ ਔਰ ਤੁਸੀਂ ਮੇਰਾ ਸਾਥ ਦਿੱਤਾ ਹੈ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਔਰ 2 ਮਹੀਨੇ ਤੁਸੀਂ ਮੇਰਾ ਸਾਥ ਦੇ ਕੇ ਆਪਾਂ ਪੰਜਾਬ ਬਚਾ ਲਿਆ ਹੁਣ ਮੇਰੀ ਇੱਕ ਤੁਹਾਨੂੰ ਬੇਨਤੀ ਹੋ ਰਿਹਾ ਕਿ ਮੈਂ 30 31 ਮਈ ਤਾਈਂ ਇਸ ਨੂੰ ਫੇਰ ਲੈ ਕੇ ਜਾਊਂਗਾ ਬੜੀ ਰਾਹਤ ਮਿਲੇਗੀ ਉਹਨੇ ਚ ਲੇਕਿਨ ਤੁਸੀਂ ਮੇਰਾ ਸਾਥ ਦੇਣਾ ਹੈ ਤਾਂ ਕਿ ਇਹ ਹੋਰ ਫੈਲੇ ਨਾ ਇਹ ਜਿਹੜੇ ਲੋਕ ਆਉਣਗੇ 60000 ਇੱਕ ਔਰ 20000 ਹੋਰ 80000 ਲੋਕ ਪੰਜਾਬ ਦੇ ਵਿੱਚ ਆਉਣਗੇ अगर ये लेऑन केस ने थोड़ा कंट्रोल ਆਪਾਂ ਨੂੰ ਰੱਖਣਾ ਪਊ। ਔਰ ਵਾਇਰੂਸ ਕਰੇ ਆਪਾਂ ਨੂੰ ਫਿਰ ਅੱਗੇ ਜਾਣ ਦੀ ਲੋੜ ਨਾ ਪਵੇ। ਅਗਰ ਆਪਾਂ ਕੰਟਰੋਲ ਕਰ ਸਕੀਏ ਔਰ ਕੰਟਰੋਲ ਕਰਨਾ ਔਰ ਇਹਦਾ ਸੰਭਾਲ ਕਰਨੀ ਇਹ ਤੁਹਾਡੇ ਹੱਥ ਦੇ ਵਿੱਚ ਹੈ। ਤੋਂ ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੀ ਗੱਲ ਫੇਰ ਮੰਨੋਗੇ ਇੱਕ ਵਾਰ ਔਰ ਆਪਾਂ ਆਪਣੇ ਪੰਜਾਬ ਨੂੰ ਇਸ ਬਿਮਾਰੀ ਤੋਂ ਕਟਿਏ ਔਰ ਆਪਾਂ ਉਸ ਨੂੰ ਬਚਾਈਏ।